ਐਤਵਾਰ ਫਿਰ ਬਾਰਿਸ਼ ਨਾਲ ਨਾਭਾ ਸ਼ਹਿਰ ਜਲਥਲ ਹੋ ਗਿਆ, ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਗੱਲ ਫਸਲਾਂ ਦੀ ਕੀਤੀ ਜਾਵੇ ਤਾਂ ਜਿਹੜਾ ਝੋਨਾ ਨਿਸਾਰੇ ਤੇ ਹੈ ਉਹ ਕਾਲਾ ਪੈ ਸਕਦਾ ਹੈ, ਜਿਸ ਕਾਰਨ ਫਸਲਾਂ ਵੇਚਣ ਸਮੇਂ ਕਿਸਾਨਾਂ ਨੂੰ ਮੰਡੀਆਂ ਵਿੱਚ ਕਾਫੀ ਦਿੱਕਤਾਂ ਆ ਸਕਦੀਆਂ ਨੇ। ਦੂਜੇ ਪਾਸੇ ਇੱਕ ਵੱਡੀ ਨਲਾਇਕੀ ਸਾਹਮਣੇ ਆਈ ਹੈ, ਜਿੱਥੇ PWD ਰੈਸਟ ਹਾਊਸ ਮਹਿਕਮੇ ਦੇ ਅਧਿਕਾਰੀਆਂ ਨੇ ਪਿਛਲੇ ਦਿਨੀ ਡਿੱਗੀ 30 ਫੁੱਟ ਦੀ ਦੀਵਾਰ ਨਹੀਂ ਕਰਵਾ ਸਕਿਆ, ਜਿਸ ਕਾਰਨ ਤੜਕੇ ਤੋਂ ਹੋ ਰਹੀ ਬਾਰਿਸ਼ ਨਾਲ ਪਾਣੀ ਸਰਕਾਰੀ ਮੁਲਾਜ਼ਮ ਦੇ ਘਰ ਵਿੱਚ ਇੱਕ ਵਾਰ ਫਿਰ ਤੋਂ ਵੜ ਗਿਆ। ਘਰ ਦਾ ਸਾਰਾ ਸਮਾਨ ਖਰਾਬ ਹੋਣ ਤੇ ਸਰਕਾਰੀ ਕਰਮਚਾਰੀ ਨੂੰ ਦਿਲ ਦਾ ਦੌਰਾ ਪੈ ਗਿਆ। ਪੀੜਤ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸ ਮੌਕੇ PW ਰੈਸਟ ਹਾਊਸ ਵਿੱਚ ਰਹਿ ਰਹੇ ਸਰਕਾਰੀ ਮੁਲਾਜ਼ਮ ਦੀ ਲੜਕੀ ਨੇ ਕਿਹਾ ਕਿ ਜਿੰਨਾ ਪਿਛਲੀ ਤਰੀਕ 17 ਅਗਸਤ ਰਾਤ ਨੂੰ ਜਿਵੇਂ ਸਾਡੇ ਨਾਲ ਹੋਇਆ ਸੀ ਉਹੀ ਸੇਮ ਹੋਇਆ। ਸਾਰਾ ਪਾਣੀ ਅੰਦਰ ਚਲਾ ਗਿਆ ਕਿਉਂਕਿ ਕੰਧ ਹੀ ਨਹੀਂ ਬਣੀ ਸੀ। 20 ਦਿਨ ਹੋ ਗਏ ਸਰ ਇਸ ਚੀਜ਼ ਨੂੰ, ਇਹਨਾਂ ਤੋਂ ਕੰਧ ਨਹੀਂ ਬਣੀ ਹਜੇ ਤੱਕ। ਜੇ ਕੰਧ ਬਣਾ ਦਿੰਦੇ ਤਾਂ ਸ਼ਾਇਦ ਸਾਡਾ ਇੰਨਾ ਨੁਕਸਾਨ ਨਾ ਹੁੰਦਾ, ਅਸੀਂ ਸੇਫ ਹੁੰਦੇ। ਮੇਰੇ ਪਾਪਾ ਹਸਪੀਟਲ 'ਚ ਨੇ, ਅਸੀਂ ਕੀ ਕਰੀਏ ਹੁਣ? ਕੌਣ ਲਊਗਾ ਇਹਦੀ ਰਿਸਪੋਂਸੀਬਿਲਟੀ? ਉੱਥੇ ਲੋਕਾਂ ਦਾ ਕਹਿਣਾ ਕਿ ਪ੍ਰਸ਼ਾਸਨ ਵੱਲੋਂ ਇਸ ਰੈਸਟ ਹਾਊਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਨਾਲ ਪਹਿਲਾਂ ਵੀ ਇੱਕ ਵਾਰ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ। ਹੁਣ ਇੱਕ ਵਾਰ ਫਿਰ ਤੋਂ ਪ੍ਰਸ਼ਾਸਨ ਦੀ ਨਲਾਇਕੀ ਸਾਹਮਣੇ ਆਈ ਹੈ। ਨੁਕਸਾਨ ਤਾਂ ਹੁਣ ਪਤਾ ਹੀ ਹੈ, ਤੁਹਾਡੇ ਸਾਹਮਣੇ ਹੀ ਹੈ ਸਾਰਾ ਕੁਛ, ਕਹਿਣ ਵਾਲੀ ਗੱਲਾਂ ਨਹੀਂ ਰਹੀਆਂ ਹੋਈਆਂ। ਪਹਿਲਾਂ ਵੀ ਇਹ ਪਰਿਵਾਰ ਇਹੋ ਜਿਹੇ ਵਿਖੜ ਗਿਆ, ਹੁਣ ਫਿਰ ਉਹੀ ਕੰਮ ਹੋ ਗਿਆ। ਹੁਣ ਤੜਕੇ ਆ ਗਈ ਬਾਹਰ, ਸਾਰਾ ਅੰਦਰ ਵੜ ਗਿਆ ਪਾਣੀ, ਫਿਰ ਕੰਧ ਨਹੀਂ ਬਣਾਈ ਹੁਣ ਤੱਕ, ਨਾ ਬਣੀ ਹੈ ਮੁਲਾਜ਼ਮਾਂ ਤੋਂ, ਨਾ ਸਰਕਾਰੀ ਕੋਈ ਇੱਥੇ ਆਇਆ ਹਾਲ ਤੱਕ, ਨਾ ਇਹਨਾਂ ਦੀ ਸਾਰ ਲਈ ਹੈ। ਉਹ ਹੋਸਪਿਟਲ ਭੇਜਿਆ ਇਹਦਾ ਜਿਹੜਾ ਮੁਲਾਜ਼ਮ ਸੀ ਉਰੇ, ਉਹਦੇ ਬੱਚੇ ਨੇ, ਆਹ ਚੀਜ਼ ਹੋ ਗਈ ਜੀ। ਪ੍ਰਸ਼ਾਸਨ ਦੀ ਹੈਡੀ ਨੂੰ ਲੈ ਕੇ ਵੀ ਘੱਟੋ ਘੱਟ ਅੱਜ ਨੂੰ 15-20 ਮਹੀਨੇ ਵਾਂਗੂ ਹੋ ਗਿਆ ਦੀਵਾਰ ਟੁੱਟੀ ਨੂੰ, ਵੀ ਇਹਦੀਆਂ ਇੱਟਾਂ ਸਾਫ਼ ਕਰਨ ਨੂੰ 10 ਦਿਨ ਹੋ ਗਏ ਮਜ਼ਦੂਰਾਂ ਨੂੰ ਲੱਗਿਆ ਨੂੰ। ਜੇ ਕਿਸੇ ਦੀ ਹੋਰ ਕੰਧ ਹੁੰਦੀ ਸ਼ਾਮ ਤੱਕ ਕਰੀ ਹੋਣੀ ਸੀਗੀ ਇਹ, ਅਤੇ ਇਹਦਾ ਪਾਣੀ ਸੀ ਪਹਿਲਾਂ ਵੀ ਨਾਲੋਂ ਵੀ ਜ਼ਿਆਦਾ ਅੰਦਰ ਫੇਰ ਗਿਆ ਹੈਗਾ, ਵੀ ਜਿਹੜੇ ਦੇ ਅੰਦਰ ਤਰਲੋਕ ਜੀ ਰਹਿੰਦੇ ਨੇ ਉਹਨਾਂ ਦਾ ਪਹਿਲਾਂ ਨਾਲੋਂ ਵੀ ਜ਼ਿਆਦਾ ਨੁਕਸਾਨ ਹੋ ਚੁੱਕਿਆ।